ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ, ਆਪਣੇ ਰਾਜੂ ਗੋਟ ਫਾਰਮ ਦੜਬਾ ਪੰਜਾਬ ਚੈਨਲ 'ਤੇ ਸਾਰੇ ਵੀਰਾਂ ਦਾ ਸਵਾਗਤ ਹੈ। ਅਤੇ ਜਿਹੜੇ ਵੀ ਆਪਣੇ ਚੈਨਲ 'ਤੇ ਨਵੇਂ ਜੁੜੇ ਨੇ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈਲ ਆਈਕਨ ਵਾਲੀ ਘੰਟੀ ਦਬਾਉਣਾ ਨਾ ਭੁੱਲਿਓ। ਅਤੇ ਅੱਜ ਆਪਾਂ ਪਹੁੰਚੇ ਹਾਂ ਫੁੱਲਿਆਲ ਪਸ਼ੂ ਮੇਲਾ, ਜਿੱਥੇ ਕਿ ਨਸਲਾਂ ਦੇ ਅੱਜ ਬੱਕਰੀਆਂ ਦੇ ਮੁਕਾਬਲੇ ਨੇ। ਤੁਸੀਂ ਦੇਖ ਸਕਦੇ ਹੋ ਮੇਲੇ ਦੀ ਰੌਣਕ ਪੂਰੀ ਭਰੀ ਹੋਈ ਹੈ। ਆਪਾਂ ਦੇਖਦੇ ਹਾਂ। ਹਾਂਜੀ, ਕਿਹੜੇ ਪਿੰਡ ਤੋਂ ਆਏ ਜੀ? ਨੂਪਕੇ ਤੋਂ। ਨੂਪਕੇ ਤੋਂ ਜੀ, ਦੇਖ ਸਕਦੇ ਤੁਸੀਂ। ਆਪਣਾ ਰਾਜੂ ਦੜਬੇ ਵਾਲਾ ਬੈਠਾ ਆਪਣੀ ਮੇਲੀ ਦੀ। ਬਹੁਤ ਹੀ ਸੋਹਣੇ ਸੋਹਣੇ ਜਾਨਵਰ ਆਏ ਹੋਏ ਨੇ। ਨਸਲਾਂ ਦੇਖ ਸਕਦੇ ਹੋ, ਕਾਲੀ ਮੇਮ ਨੂੰ। ਕਿਹੜੇ ਪਿੰਡ ਤੋਂ ਆਏ ਜੀ? ਫਤਿਹਾਬਾਦ ਜ਼ਿਲ੍ਹੇ ਤੋਂ ਆਏ ਨੇ, ਹਰਿਆਣੇ 'ਚੋਂ। ਕੁਆਲਿਟੀ ਦੇਖ ਸਕਦੇ ਤੁਸੀਂ ਬੱਟ ਦੀ, ਫੇਸ ਕੁਆਲਿਟੀ ਅਤੇ ਇੱਧਰ ਪੂਰੀ। ਆਪਣੇ ਸੋਨੂ ਵੀਰ ਜੀ ਬੈਠਾ। ਦੇਖ ਸਕਦੇ ਤੁਸੀਂ ਜੱਜ ਸਾਹਿਬਾਨ ਉਹਦਾ ਤੇ ਕਰ ਰਹੇ ਨੇ ਵੀ ਕਿਹੜੀ ਨਸਲ ਕਿਵੇਂ ਆ ਤੇ ਕਿਹੜੀ ਕਿਵੇਂ ਆ। ਇਹ ਰਿੰਗ 'ਚ ਪੱਠਾਂ ਦੇ ਮੁਕਾਬਲੇ ਹੋ ਰਹੇ ਨੇ ਅਤੇ ਦੂਸਰੀ ਰਿੰਗ 'ਚ ਖੀਰੇ ਬੱਚਿਆਂ ਦੇ 0-25 ਕਿਲੋ ਦੇ ਵਿੱਚ। ਇੱਧਰ ਦੇਖ ਸਕਦੇ ਤੁਸੀਂ, ਇੱਧਰ ਬੱਕਰਿਆਂ ਦੀ 0-25 ਕਿਲੋ ਦੇ ਵਿੱਚ ਨੁਮਾਇਸ਼ ਹੋ ਰਹੀ ਹੈ। ਕਿਹੜੀ ਨਸਲ ਕਿਸ ਤਰ੍ਹਾਂ ਦੀ ਹੈ, ਕਿਹੜੀ ਕਿਸ ਤਰ੍ਹਾਂ ਦੀ, ਇਸ ਵਿੱਚ ਪਿਓਰ ਅਤੇ ਕ੍ਰੋਸ ਬੀਟਲ ਦੇ ਮੁਕਾਬਲੇ ਹੋ ਰਹੇ ਨੇ। ਸਭ ਤੋਂ ਬਹੁਤ ਹੀ ਵਧੀਆ ਦੇਖ ਸਕਦੇ ਤੁਸੀਂ ਬੱਚਿਆਂ ਦੀ, ਸੋਹਣੇ ਸੋਹਣੇ ਬੱਚੇ ਆਏ ਹੋਏ ਨੇ, ਲੋਕ ਆਪਣੇ ਆਪਣੇ ਲਿਆਏ ਹੋਏ ਨੇ ਚੰਗੇ ਜਾਨਵਰ। ਮੰਡੀ ਪੂਰੀ ਭਰੀ ਪਈ ਹੈ ਇਹ ਪਸ਼ੂ ਮੇਲਾ। ਲੋਕ ਆਪਣੇ ਚੰਗੇ ਤੋਂ ਚੰਗੇ ਜਾਨਵਰ ਲੈ ਕੇ ਆਏ ਹੋਏ ਨੇ, ਪੂਰੇ ਬਹੁਤ ਜ਼ਿਆਦਾ ਤਦਾਦ 'ਚ ਬੱਕਰੀਆਂ ਆਈਆਂ ਹੋਈਆਂ ਨੇ। ਅਤੇ ਦੇਖ ਸਕਦੇ ਤੁਸੀਂ, ਹੋਰ ਵੀ ਤੁਹਾਨੂੰ ਬੱਕਰੀਆਂ ਦਿਖਾਉਣੇ, ਇੱਜੜਾਂ ਦੇ ਇੱਜੜ ਆਏ ਹੋਏ ਨੇ। ਇੱਧਰ ਵੀ ਦੇਖ ਸਕਦੇ ਤੁਸੀਂ ਬੱਕਰੀਆਂ, ਭੇਡਾਂ, ਭੇਡਾਂ, ਦੇਸੀ ਮੰਜਲਾਂ, ਬਹੁਤ ਬਹੁਤ ਬੱਕਰੀਆਂ ਆਈਆਂ ਹੋਈਆਂ ਨੇ ਇੱਧਰ, ਸੋਹਣੇ ਸੋਹਣੇ ਕੁਆਲਿਟੀ ਦੀਆਂ। ਉੱਧਰ ਵੀ ਦੇਖ ਸਕਦੇ ਹਾਂ ਬਹੁਤ ਤਰਸੀ ਬੱਕਰੀਆਂ ਖੜੀਆਂ ਨੇ। ਪੁੱਛਦੇ ਵੀਰਾਂ ਨੂੰ ਕਿਹੜੇ ਪਿੰਡ ਤੋਂ ਆਏ ਨੇ, ਕਿਹੜੇ ਪਿੰਡ ਤੋਂ ਆਏ ਬਾਈ? ਹੈ ਬਾਈ, ਧਵਾਲੀ ਤੋਂ ਆਏ ਨੇ। ਤੇ ਨਿਆਮ 'ਚ ਨਹੀਂ ਪਾਈ ਕੋਈ ਬੱਕਰੀ ਅੱਜ? ਸੇਲ ਪਰਚੇਜ ਵਾਸਤੇ ਆਏ ਨੇ ਬਾਈ। ਬੱਕਰੀਆਂ ਦੇਖ ਸਕਦੇ ਹਾਂ ਜੀ ਫੁੱਲਿਆ ਵਾਲੀ ਪਸ਼ੂ ਮੇਲਾ 'ਚ। ਦੇਖ ਸਕਦੇ ਹਾਂ ਕੁੱਤੇ, ਹਾਊਂਡ, ਹੌਂਡਸ, ਸ਼ਿਕਾਰੀ ਪਿਓਰ ਨੇ ਪੂਰੇ। ਕੁਆਲਿਟੀ ਕੁੱਤਿਆਂ ਦੀ ਕਿਹੜੀ ਨਸਲ ਹੈ ਜੀ ਇਹ? ਸ਼ਿਕਾਰੀ। ਇਹਨਾਂ ਦੀ ਦੌੜ ਆਉਣੀ ਅੱਜ ਦਿਖਾਉਣ ਵਾਸਤੇ ਲਿਆਏ ਨੇ ਵੀਰ। ਕੁੱਤੇ ਦੇਖ ਸਕਦੇ ਤੁਸੀਂ, ਇੱਧਰ ਵੀ ਬੱਕਰੀਆਂ ਬੈਠੀਆਂ ਨੇ ਪੂਰੀਆਂ, ਟੰਡੀਆਂ ਦੀਆਂ ਟੰਡੀਆਂ ਲਿਆਏ ਨੇ ਲੋਕ, ਬਹੁਤ ਜ਼ਿਆਦਾ ਤਦਾਦ 'ਚ ਇਸ ਇਲਾਕੇ 'ਚ ਬੱਕਰੀ। ਦੇਖ ਸਕਦੇ ਤੁਸੀਂ
ਸਾਰੇ ਰੰਗਾਂ 'ਚ ਬੱਕਰੀਆਂ ਨੇ, ਲਾਲ ਡੱਬੀਆਂ, ਸ਼ੇਰੀਆਂ, ਕਾਲੀਆਂ ਡੱਬੀਆਂ, ਚਿੱਟੀਆਂ। ਇੱਧਰ ਬੋਤੇ ਦਾ ਬੱਚਾ, ਇਹ ਆਪਣਾ ਜੀ ਬੋਤਾ? ਕਿਹੜਾ ਪਿੰਡ ਹੈ ਜੀ? ਸਹਿਣਾ। ਸਹਿਣਾ ਰਵਾਰੀਆਂ 'ਚੋਂ ਜੀ? ਦਵਾਰੀ ਵੀ ਰਹਿੰਦੇ ਨੇ ਉੱਥੇ? ਦਵਾਰੀ ਕੋਨੇ ਗੁੱਜਰ ਦਾ। ਬੋਤੀ ਹੈ ਕੀ ਬੋਤਾ ਜੀ? ਬੋਤੀ ਹੈ, ਬੋਤੀ ਦੇਖ ਸਕਦੇ ਤੁਸੀਂ, ਬੱਕਰੀਆਂ ਦੇਖ ਸਕਦੇ ਹੋ, ਪੂਰੀਆਂ ਵਧੀਆ ਕੁਆਲਿਟੀ ਦੀਆਂ ਆਈਆਂ ਨੇ, ਨਿਆਮ ਚ ਪਾਉਣਗੇ ਬਾਈ। ਤੇ ਬੱਚਾ ਦੇਖ ਸਕਦੇ ਹੋ, ਇਹ ਕੁਲਦੀਪ ਦੀਆਂ ਨੇ ਬਾਈ ਦੀਆਂ, ਲਹਿਰੇ ਭੇਗੇ ਵਾਲੇ ਦੀਆਂ। ਕੁਲਦੀਪ ਬਾਈ ਦਾ ਬੱਚਾ, ਜੈਡ ਬਲੈਕ ਬੱਕਰੀਆਂ ਕੁਲਦੀਪ ਬਾਈ ਦੀਆਂ ਨੇ, ਲਹਿਰੇ ਭੇਗੇ ਵਾਲੇ ਦੀਆਂ। ਇੱਧਰੋਂ ਗੰਗਾਨਗਰ ਚੋਂ ਆਏ ਨੇ ਆਹ ਬੱਕਰੀ, 42-43 ਇੰਚ ਦੇ ਲਵੇ ਹੈ, 40 ਤੋਂ ਬਾਹਰ ਹੈ, 42-43 ਇੰਚ ਦੀ ਬੱਕਰੀ। ਇਹ ਅਸਲ ਪਿਓਰ ਕੁਆਲਿਟੀ ਪਾਕਿਸਤਾਨੀ 'ਚ। ਹਾਂ ਬੱਕਰਾ ਹਜੇ ਖੀਰਾ, ਇਹਦੀ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ, ਪਾਕਿਸਤਾਨੀ ਮੱਥਾ ਇਹਦਾ। ਇਹੋ ਜਿਹਾ ਮੱਥਾ ਬਹੁਤ ਘੱਟ ਮਿਲਦਾ ਆਪਣੇ ਬੀਟਲ 'ਚ ਦੇਖਣ ਨੂੰ। ਇਹ ਅਸਲ ਅੰਮ੍ਰਿਤਸਰੀ ਨਸਲ ਹੈ ਜੀ। ਇਹ ਆਪਣੇ ਤਾਏ ਦੀਆਂ, ਰਾਮਪੁਰੇ ਫੂਲ ਵਾਲੇ ਦੀਆਂ, ਬਹਾਦਰ ਗੁੱਜਰ ਦੀਆਂ ਬੱਕਰੀਆਂ ਨੇ ਦੇਖ ਸਕਦੇ ਹੋ। ਬਹਾਦਰ ਗੁੱਜਰ ਰਾਮਪੁਰੇ ਫੂਲ ਤੋਂ। ਸਾਰੀ ਮੰਡੀ ਬੱਕਰੀਆਂ ਵਾਲਿਆਂ ਨਾਲ ਭਰੀ ਪਈ ਹੈ ਸਾਰੀ ਮੰਡੀ। ਆਹ ਤੁਸੀਂ ਦੇਖ ਸਕਦੇ ਹੋ ਚਿੱਟਾ ਬੱਕਰਾ, ਬਹੁਤ ਹੀ ਟੋਪ ਕੁਆਲਿਟੀ ਦਾ। ਬਹੁਤ ਹੀ ਕੱਦ ਬਿੱਡ ਦਾ ਬੱਕਰਾ। ਇੱਧਰ ਦੇਖ ਸਕਦੇ ਹੋ ਬਾਈਆਂ ਦੀਆਂ ਬੱਕਰੀਆਂ, ਅਤੇ ਆਹ ਬੱਚੇ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ, ਬਹੁਤ ਹੀ ਟੋਪ ਟੋਪ ਕੁਆਲਿਟੀ ਦੀਆਂ ਬੱਕਰੀਆਂ ਆਈਆਂ ਹੋਈਆਂ ਨੇ ਅੱਜ ਮੰਡੀ 'ਚ। ਪੰਜਾਬ ਦੀਆਂ ਸਰਾਸਰਾ ਦੇਖ ਸਕਦੇ ਬੱਕਰੀ, 41 ਇੰਚ ਦੀ ਹੈ, 40 ਤੋਂ ਬਾਹਰ, ਬਹੁਤ ਹੀ ਡਬਲ ਪੂਰੇ ਮੋਟੇ ਹੱਡਾਂ ਦੀ ਬੱਕਰੀ ਹੈ। ਇੱਧਰ ਦੇਖ ਸਕਦੇ ਬੱਕਰਾ, ਬੱਕਰੀ ਦੇਖ ਸਕਦੇ ਤੁਸੀਂ ਕਿਹੋ ਜਿਹੇ ਖੜੇ ਨੇ, ਕੁਆਲਿਟੀ ਦੇ ਜਾਨਵਰ ਨੇ ਪੂਰੇ। ਕਿਹੜਾ ਪਿੰਡ ਹੈ ਜੀ? ਬਾਬੇ ਪੂਰੇ ਵਧੀਆ ਜਾਨਵਰ ਲੈ ਕੇ ਆਏ ਨੇ ਅੱਜ। ਪੂਰਾ ਸਰੇ ਦਾ ਸਾਰੇ ਪੰਜਾਬ ਚੋਂ ਪੂਰਾ ਤਕੜਾ ਮੇਲਾ ਹੈ। ਇੱਧਰ ਬਰੀਡਰ ਦੇਖ ਸਕਦੇ ਹੋ ਤੁਸੀਂ, ਚੀਨਾ ਸ਼ੇਰਾ ਬੱਕਰਾ। ਇੱਧਰ ਟੰਡੀਆਂ ਦੀਆਂ ਟੰਡੀਆਂ ਲੈ ਕੇ ਆਏ ਨੇ ਬਾਈ, ਪੂਰਾ ਮੇਲਾ ਤਕੜਾ ਹੈ ਪੰਜਾਬ ਦਾ ਜੀ। ਬਰੀਡਰ ਆ ਖੜਾ ਬਲੈਕ ਕਲਰ 'ਚ,
ਬੱਕਰੀਆਂ ਦੇਖ ਸਕਦੇ ਅਸੀਂ ਗਾਈਆਂ ਦੀਆਂ ਬਹੁਤ ਹੀ ਜ਼ਿਆਦਾ ਤਦਾਦ 'ਚ ਬੱਕਰੀਆਂ ਹੋਈਆਂ ਨੇ ਅੱਜ ਮੇਲੇ 'ਚ ਪੂਰਾ ਬੱਕਰੀਆਂ ਨੇ ਰੌਣਕ ਲਾ ਰੱਖੀ ਆਪਣੇ ਵੀਰਾਂ ਨੇ ਇੱਧਰ ਵੀ ਦੇਖ ਸਕਦੇ ਹੋ ਪੰਜਾਬ ਦਾ ਬਹੁਤ ਹੀ ਤਕੜਾ ਮੇਲਾ ਇਹ ਗੁਰਪ੍ਰੀਤ ਡਾਕਟਰ ਸਾਹਿਬ ਕਰਾਉਂਦੇ ਨੇ ਇੱਧਰ ਬੱਕਰੀਆਂ ਦੇਖ ਸਕਦੇ ਹੋ ਮਤਲਬ ਸਾਰੇ ਵੀਰ ਆਪਣੇ ਚੰਗੇ ਤੋਂ ਚੰਗੇ ਜਾਨਵਰ ਲੈ ਕੇ ਆਉਂਦੇ ਨੇ ਇਸ ਮੰਡੀ 'ਤੇ ਕਿਹੜੇ ਪਿੰਡ ਤੋਂ ਆਏ ਬਾਈ ਜੀ ਤਲਵੰਡੀ ਮੱਲੀਆਂ ਦੇਖ ਸਕਦੇ ਹੋ ਵੀਰਾਂ ਦੇ ਬਹੁਤ ਹੀ ਚੰਗੇ ਜਾਨਵਰ ਨੇ ਇਨਾਮ 'ਚ ਪਾਏ ਨੇ ਅੱਜ ਜੀ ਠੀਕ ਹੈ ਜੀ ਇਹ ਆਪਣੇ ਬਾਗ ਬਾਈ ਦੀਆਂ ਕਿਹੜਾ ਪਿੰਡ ਹੈ ਜੀ ਕੁਤਬਾ ਬਾਗ ਬਾਈ ਦੀਆਂ ਬੱਕਰੀਆਂ ਇਹ ਪਾਕਿਸਤਾਨੀ ਨਸਲ ਹੈ ਜੀ ਦੇਖ ਸਕਦੇ ਹੋ ਇਹ ਆਪਣੇ ਬਹੁਤ ਪੰਜਾਬ 'ਚ ਘੱਟ ਹੈ ਨਸਲ ਇਹ ਪਾਕਿਸਤਾਨੀ ਨਸਲ ਆਪਣੇ ਪੰਜਾਬ 'ਚ ਬਾਗ ਬਾਈ ਲਵੇ ਇਕੱਲੇ ਲਵੇ ਦੇਖ ਸਕਦੇ ਹੋ ਤੁਸੀਂ ਬਾਗ ਬਾਈ ਦੀਆਂ ਬੱਕਰੀਆਂ ਨੇ ਇਹ ਅਸਲੇ ਦੀਆਂ ਸਰੇ ਸੱਠੇ ਦੀਆਂ ਬੱਕਰੀਆਂ ਇੱਧਰ ਵੀ ਖੜੇ ਨੇ ਬੱਕਰੇ ਆਹ ਬੱਕਰਾ ਵੀ ਦੇਖ ਸਕਦੇ ਬਹੁਤ ਹੀ ਚੰਗੀ ਨਸਲ ਦਾ ਆਹ ਖੁਰਲੀਆਂ ਵੀ ਲੈ ਸਕਦੇ ਹੋ ਮੰਡੀ ਤੋਂ ਮੇਲਾ ਪੂਰਾ ਭਰਿਆ ਪਿਆ ਜੀ ਬੱਕਰੀਆਂ ਵਾਲਿਆਂ ਦੀ ਰੌਣਕ ਹੈ ਪੂਰੀ ਵੀਰ ਆਪਣੇ ਚੰਗੇ ਤੋਂ ਚੰਗੇ ਜਾਨਵਰ ਲੈ ਕੇ ਆਏ ਹੋਏ ਨੇ ਇਸ ਮੰਡੀ 'ਤੇ ਨਿਆਮ 'ਚ ਪਾਉਣ ਵਾਸਤੇ ਵੀ ਕਿਹਦਾ ਜਾਨਵਰ ਚੰਗਾ ਅਤੇ ਕਿਹਦਾ ਨਹੀਂ ਚੰਗਾ ਵੀ ਕਿਹੋ ਜਿਹੀ ਨਸਲ ਪਾਲਣੀ ਚਾਹੀਦੀ ਹੈ ਉਸ ਤਰੀਕੇ ਦਾ ਮੇਲਾ ਲਗਾਇਆ ਜਾਂਦਾ ਇਹ ਇੱਧਰ ਦੇਖ ਸਕਦੇ ਹੋ ਮੇਲੇ 'ਚ ਦਵਾਈਆਂ ਦਵੂਈਆਂ ਦਾ ਸਭ ਕੁਛ ਦਾ ਪ੍ਰਬੰਧ ਆਇਆ ਹੋਇਆ ਪਸ਼ੂਆਂ ਦੀਆਂ ਦਾ ਫੀਡ ਮੱਕੀ ਜੋ ਮਰਜ਼ੀ ਕੁਛ ਸਾਲ ਬਾਅਦ ਹੀ ਮੇਲਾ ਲਗਾਇਆ ਜਾਂਦਾ ਬਾਕੀ ਇੱਧਰ ਮੁਕਾਬਲੇ ਚੱਲ ਰਹੇ ਨੇ ਇਹ ਤੁਸੀਂ ਉੱਠ ਦੇਖ ਸਕਦੇ ਹੋ ਜੀ ਪੰਜਾਬੀ ਉੱਠ ਪੂਰਾ ਸਜਾ ਰੱਖਿਆ ਬਾਈ ਨੇ ਕੋਈ ਇਹ ਜੀ ਤੋਤੇ ਦਾ ਹਿੱਸਾ ਛੱਡਿਆ ਹੀ ਨਹੀਂ ਵੀ ਜਿਹੜਾ ਖਾਲੀ ਹੋਵੇ ਬਾਈ ਦਾ ਫੋਟੋਆਂ ਖਿਚਾ ਰਹੇ ਨੇ ਦੇਖ ਸਕਦੇ ਹੋ ਉੱਠ ਤੁਸੀਂ ਇਹਦੇ ਨਾਲ ਹੀ ਇੱਧਰ ਸਾਈਡ ਘੋੜੀ ਆ ਬਾਈਆਂ ਦੀ ਸਜਾਈ ਹੋਈ ਬਹੁਤ ਹੀ ਸੋਹਣੀ ਕਲਾਕਾਰੀ ਕਰੀ ਹੋਈ ਹੈ ਬਾਈ ਦੀ ਰੰਗਲਾ ਪੰਜਾਬ ਇਹ ਅਸਲ ਪੰਜਾਬ ਦੀ ਨਿਸ਼ਾਨੀ ਹੈ ਜੀ ਜਿਹੜੀ ਪੁਰਾਣੇ ਪੰਜਾਬ 'ਚ ਹੁੰਦੇ ਜੀ ਉੱਠ ਬੋਤੇ ਘੋੜੀਆਂ ਇੱਧਰ ਮੁਕਾਬਲੇ ਚੱਲ ਰਹੇ ਨੇ ਖੀਰੀਆਂ ਪੱਠਾਂ ਦੇ ਅਤੇ ਪਰਲੀ ਸਾਈਡ ਆ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰ ਅਤੇ ਆਪਾਂ ਪਾਰਟ 2 ਵੀ ਬਣਾਵਾਂਗੇ ਫੁੱਲੇ ਵਾਲਾ ਮੇਲਾ ਪਾਰਟ 2
ਉਹ ਵੀ ਜ਼ਰੂਰ ਸਾਰੇ ਵੀਰਾਂ ਨੇ ਦੇਖਣੀ ਆ ਵੀਡੀਓ, ਦੋ ਵੀਡੀਓ ਪਾਵਾਂਗੇ ਆਪਾਂ ਇਸ ਮੇਲੇ ਦੀਆਂ, ਕਿਉਂਕਿ ਮੇਲਾ ਬਹੁਤ ਵੱਡਾ ਹੈ, ਕਿਉਂਕਿ ਇੱਕ ਵੀਡੀਓ 'ਚ ਨਹੀਂ ਆ ਸਕਦੀ। ਧੰਨਵਾਦ ਸਾਰੇ ਵੀਰਾਂ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਨੇ, ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਅਤੇ ਸਬਸਕ੍ਰਾਈਬ ਕਰ ਲਿਓ ਆਪਣੇ ਰਾਜੂ ਗੋਡਫਾਦਰ ਦਾ ਚੈਨਲ ਨੂੰ। ਧੰਨਵਾਦ ਜੀ।